ਅਸੀਂ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚ ਮੌਜੂਦ ਹਾਂ ਔਰ ਖਨੌਰੀ ਬੈਰੀਅਰ ਆ ਜਿਹੜਾ ਉਹ ਬਿਲਕੁਲ ਇੱਥੋਂ ਨੇੜੇ ਪੈਂਦਾ, ਕਰੀਬ 45 ਕਿਲੋਮੀਟਰ ਦੇ ਆਸ ਪਾਸ ਜਿਹੜਾ ਹੋਏਗਾ ਕਿਉਂਕਿ ਕੱਲ ਮੀਟਿੰਗ ਜਿਹੜੀ ਹੈ ਦੇਰ ਰਾਤ ਤੱਕ ਚੱਲਦੀ ਰਹੀ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ, ਤਾਂ ਸਾਫ਼ ਤੌਰ ਤੇ ਕੱਲ ਕਿਸਾਨਾਂ ਨੇ ਕਿਹਾ ਸੀ ਕਿ ਕੇਂਦਰ ਦੇ ਨਾਲ ਗੱਲਬਾਤ ਹੋ ਲੈਣ ਦਿਓ, ਫਿਰ ਦੇਖਦੇ ਹਾਂ ਕਰਨਾ ਕੀ ਹੈ, ਤਿਆਰੀ ਪੂਰੀ ਹੈ। ਉਹੀ ਤਸਵੀਰ ਹੈ ਜਿਹੜੀ ਉਹ ਹੁਣ ਸਵੇਰੇ ਦੇਖਣ ਨੂੰ ਮਿਲੀ ਹੈ ਕਿ ਕਿਸਾਨ ਸਵੇਰ ਤੋਂ ਹੀ ਤਿਆਰ ਹੋਣੇ ਸ਼ੁਰੂ ਹੋ ਗਏ ਨੇ, ਟਰੈਕਟਰ ਸਟਾਰਟ ਕਰ ਲਏ ਨੇ, ਤਸਵੀਰਾਂ ਦੇਖੋ ਲਾਈਨਾਂ ਦੇ ਵਿੱਚ ਟਰੈਕਟਰ ਲੱਗੇ ਨੇ ਔਰ ਜਿਹੜੇ ਕਿਸਾਨ ਨੇ ਉਹ ਤਿਆਰ ਪਰ ਤਿਆਰ ਹੋ ਗਏ ਨੇ। ਔਰ ਕਿਉਂਕਿ 10 ਵਜੇ ਦੇ ਕਰੀਬ ਦਾ ਸਮਾਂ ਦਿੱਤਾ ਗਿਆ ਇਹ ਤਸਵੀਰਾਂ ਟਰੈਕਟਰ, ਕਿਉਂਕਿ ਜਦੋਂ ਕਹਿੰਦੇ ਕੋਈ ਮਸ਼ੀਨਰੀ ਸਟਾਰਟ ਉਹਨੂੰ ਲਿਜਾਣਾ ਕਿਤੇ ਤਾਂ ਉਹਨੂੰ ਪਹਿਲਾਂ ਗਰਮ ਕੀਤਾ ਜਾਂਦਾ ਟਰੈਕਟਰਾਂ ਨੂੰ, ਖਾਸ ਕਰਕੇ ਟਰੈਕਟਰ ਸਟਾਰਟ ਕੀਤੇ ਹੋਏ ਨੇ ਜ਼ਿਆਦਾਤਰ ਔਰ ਕਿਸਾਨ ਇਸੇ ਮੰਡੀ ਦੇ ਵਿੱਚ ਨਾਤੇ ਨੇ, ਇੱਥੇ ਸਵੇਰੇ ਚਾਹ ਪੀਤੀ ਹੈ। ਇਹ ਤੁਸੀਂ ਦੇਖੋ ਵੀਰ ਦਸਤਾਰ ਸਜਾਉਣ ਲੱਗਿਆ, ਸਿਰ ਤੇ ਪੱਗ ਬੰਨੇਗਾ ਔਰ ਹਰੀਆਂ ਪੱਗਾਂ ਕਿਸਾਨੀ ਦਾ ਪ੍ਰਤੀਕ, ਤਾਂ ਇਹ ਇੱਥੇ ਕਿਸਾਨੀ ਝੰਡੇ ਤੁਹਾਨੂੰ ਨਜ਼ਰ ਆਉਣਗੇ। ਇਹ ਤਸਵੀਰ ਹੈ, ਇੱਧਰ ਕਾਫੀ ਲੋਕ ਜਿਹੜੇ ਨੇ ਪਹਿਲੇ ਹੀ ਤਿਆਰ ਪਰ ਤਿਆਰ ਵੀ ਖੜੇ ਨੇ, ਬਾਈ ਜੀ ਤਿਆਰ ਹੋ ਗਏ ਹੋ, ਆਖਰੀ ਸੁਨੇਹਾ ਆਉਣਾ, ਹਲੇ ਵੀ ਉਮੀਦ ਹੈ ਕਿ ਤੁਹਾਡੀ ਆਪਸ ਕੋਈ ਮੀਟਿੰਗ ਹੋਈ ਹੈ? ਮੀਟਿੰਗ ਹੋਣੀ ਹੈ ਜੀ, ਹੁਣ ਸਾਡੀ 10 ਵਜੇ ਮੀਟਿੰਗ ਹੈ ਤੇ ਮੀਟਿੰਗ ਤੋਂ ਬਾਅਦ ਤਿਆਰੀਆਂ ਸਾਡੀਆਂ ਫੁੱਲ ਹੈ। ਕੀ ਜਿਵੇਂ ਰਾਤ ਦੀ ਮੀਟਿੰਗ ਦੇ ਵਿੱਚ ਕੀ ਲੱਗਦਾ ਸੀ, ਰਾਤ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਲੱਗਦਾ ਸੀ ਕਿ ਕੋਈ ਗੱਲਬਾਤ ਬਣ ਸਕਦੀ ਹੈ? ਰਾਤ ਦੀ ਮੀਟਿੰਗ ਦੇ ਵਿੱਚ ਸੀਗਾ ਹੀ ਸਾਨੂੰ, ਮਤਲਬ ਪ੍ਰਧਾਨ ਸਾਹਿਬ ਦਾ ਹੁਕਮ ਸੀਗਾ ਵੀ ਤੁਹਾਨੂੰ ਮੈਸੇਜ ਦੇਵਾਂਗੇ, ਤੇ ਉਹ ਕੋਈ ਮਤਲਬ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ, ਨਾ ਸਿੱਟਾ ਨਿਕਲਣ ਕਰਕੇ ਫਿਰ ਸਾਡੀ ਤਿਆਰੀ ਫੁੱਲ ਹੈ। ਅੱਛਾ, ਇੱਥੋਂ ਖਨੌਰੀ ਵਾਲੇ ਪਾਸੇ ਨੂੰ ਜਾਣਾ, ਪਰ ਖਨੌਰੀ ਮੈਂ ਕੱਲ ਵੀ ਅੱਗੇ ਗੱਲ ਕਰ ਰਿਹਾ ਸੀ ਕਿ ਬੈਰੀਕੇਡ ਬੜੇ ਮਜ਼ਬੂਤ ਲਾਏ ਗਏ ਨੇ, ਤਾਂ ਉਹਨਾਂ ਬੈਰੀਕੇਡਾਂ ਨੂੰ ਫਿਰ ਕਿਵੇਂ ਪਾਰ ਕਰਨਾ? ਉਹਦਾ ਸਾਡੇ ਲਈ ਕੁਛ ਵੀ ਨਹੀਂ ਜੀ, ਸਾਨੂੰ ਜਾਣ ਤੁਸੀਂ 10 ਮਿੰਟਾਂ 'ਚ ਖਲਾਰੇ ਪਾ ਦਾਂਗੇ ਉਹਨਾਂ ਦੇ, 10 ਮਿੰਟ ਬਾਹਲੇ ਆ ਸਾਡੇ ਲਈ। ਉਹ ਵੀ ਹਰਿਆਣੇ ਵਾਲੇ ਕਹਿੰਦੇ ਵੀ ਕੰਕਰੀਟ ਭਰਿਆ ਟਣਾਂ ਦੇ ਟਣ, ਕੰਕਰੀਟ ਕਿਤੇ ਕੋਈ ਨਹੀਂ, ਸਾਨੂੰ ਤਾਂ ਹਰਿਆਣੇ ਵਾਲੇ ਕਹਿੰਦੇ ਤੁਸੀਂ ਪਿੱਛੇ ਲੱਗੋ, ਅਸੀਂ ਮਾਂ ਕਰ ਮੂਹਰੇ ਸੁੱਟੀਆਂ ਸੀ, ਹਾਂ ਅਸੀਂ ਸਾਫ਼ ਕਰ ਦੇਵਾਂਗੇ। ਯਾਰ ਤੂੰ ਜਾਣ, ਤੁਸੀਂ ਦੇਖੋ 10 ਮਿੰਟਾਂ 'ਚ ਨਾ ਭਰੇ ਕਿਤੇ ਤੁਸੀਂ ਕਿਉਂ ਨਾ? ਰਾਤ ਇੱਥੇ ਸੀ ਫਿਰਦਾ ਸਾਰੇ ਹਰਿਆਣਾ ਦਾ ਨੌਜਵਾਨ, ਉਹ ਤਾਂ ਕਹਿੰਦੇ ਆਓ ਤਾਂ ਸਹੀ, ਸਾਡਾ ਸਵਾਗਤ ਕਰੀ ਜਾਂਦੇ, ਕਹਿੰਦੇ ਅਸੀਂ ਪੱਟ ਦਾਂਗੇ ਬੈਰੀਕੇਡ। 10 ਮਿੰਟ ਬਹੁਤ ਜ਼ਿਆਦਾ ਹੈ, 10 ਮਿੰਟ ਲੱਗਣੇ ਨਹੀਂ। ਬਾਬੇ ਨਾਂ ਕੋ ਗਰੀਬਾਲ ਲਿਆ ਜੀ ਤੇ ਹੁਣ ਤੁਹਾਨੂੰ ਪਤਾ ਹੀ ਆ ਗਈ 13 ਮਿੰਟਾਂ ਦਾ ਖੇਡ ਖਤਮ ਕਰ ਦੇਣੀ ਸਾਰੀ। ਹੁਣ ਆਖਰੀ ਫੈਸਲਾ ਕਦੋਂ ਹੋਣਾ, ਇੱਥੇ ਕਦੋਂ ਕੋ ਮੀਟਿੰਗ ਹੋਏਗੀ? ਨਹੀਂ 10 ਵਜੇ ਦਾ ਹੁਕਮ ਆ ਗਿਆ, 10 ਵਜੇ ਚਾਲੇ ਪਾ ਦੇਣੇ ਆ ਜੀ, ਟਰੈਕਟਰ ਸਰਾਟ ਕਰਦੇ ਟੈਂਕੀਆਂ ਫੁੱਲ ਕਰਾ ਲਿਆ, ਉਹ ਤਾਂ ਜਾ ਕੇ ਜੰਤਰ ਮੰਤਰ ਤੇ ਰੁਕਣਾ ਨਾ ਕਰੋ ਦੇਣ ਡਾਇਰੈਕਟਰ। ਸਰਕਾਰ ਦੀ ਰਾਜਨੀਤੀ ਦਾ ਪਹਿਲਾਂ ਹੀ ਪਤਾ ਲੱਗ ਗਿਆ ਸਾਨੂੰ, ਬੈਰੀਕੇਡ ਉਹਨੇ ਪਹਿਲਾਂ ਹੀ ਤਗੜੇ ਕਰਤੇ ਸੀ, ਇਹ ਤਾਂ ਸਾਨੂੰ ਟਾਈਮ ਪਾਸ ਕੀਤਾ ਸਾਡੇ ਨਾਲ, ਉਹ ਤਾਂ ਸਾਨੂੰ ਪਤਾ ਲੱਗ ਹੀ ਗਿਆ ਸੀ। ਉਹ ਜਿਹੜੇ ਉੱਥੇ ਮੰਤਰੀ ਆਏ ਸੀ ਕਹਿੰਦੇ ਕੇਂਦਰ ਸਰਕਾਰ ਉਹਨਾਂ ਨੂੰ ਆਪਦੀਆਂ ਮੀਟਿੰਗਾਂ 'ਚ ਨਹੀਂ ਸਰਦੇ, ਉਹ ਸਾਡਾ ਕੀ ਹੱਲ ਕਰਨਗੇ? ਕੋਈ ਆਉਂਦਾ, ਕੋਈ ਵੱਡਾ ਮੰਤਰੀ ਆਉਂਦਾ ਜਿਹੜਾ ਸਾਡਾ ਹੱਲ ਕਰ ਸਕਦਾ? ਰੋਡਾ ਆਇਆ ਇਹਦਾ ਮੀਸ਼ਾ, ਤਾਂ ਇਹ ਕਹਿੰਦੇ ਕਿਸਾਨ ਕਹਿੰਦੇ ਨੇ ਕਿ ਭਾਈ ਤਿਆਰੀ ਆ, ਫਿਲਹਾਲ ਤਾਂ ਟੀਚਰਾਂ ਕਰ ਰਹੇ ਨੇ ਕੇਂਦਰ ਦੇ ਮੰਤਰੀਆਂ ਨੂੰ, ਕਹਿੰਦੇ ਕਿ ਇਹਨਾਂ ਨੇ ਤਾਂ ਉਹ ਮੰਤਰੀ ਭੇਜਤੇ ਜਿੱਥੇ ਗੱਲ ਨਹੀਂ ਬਣਨੀ ਸੀ। ਤਾਂ ਚਲੋ ਇਹ ਕਿਸਾਨਾਂ ਤੇ ਤੰਜ ਨੇ, ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ, ਕਿਸਾਨ ਇਕੱਠੇ ਹੋ ਰਹੇ ਨੇ, ਚਾਹ ਪਾਣੀ ਛਕ ਰਹੇ ਨੇ, ਸਿਰਾਂ ਤੇ ਦਸਤਾਰਾਂ ਸਜ ਗਈਆਂ ਨੇ ਔਰ ਕਹਿੰਦੇ ਨੇ ਕਿ 10 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ, 10 ਵਜੇ ਨਿਕਲਣਾ, ਜੈਕਾਰੇ ਲਾ ਰਹੇ ਨੇ। ਇਹ ਦੇਖੋ ਅਗਰੈਸ਼ਨ ਔਰ ਕਿਸਾਨ ਜਿਹੜੇ ਨੇ ਕਿਤੇ ਨਾ ਕਿਤੇ ਹੌਸਲਾ ਉਠਾਈ ਇੱਕ ਦੂਜੇ ਦੀ ਔਰ ਤਿਆਰੀ ਕਰ ਰਹੇ ਨੇ ਕਿ ਜਦੋਂ ਇੱਥੋਂ ਰਵਾਨਾ ਹੋਣਾ, 10 ਵਜੇ ਦਾ ਸਮਾਂ ਦਿੱਤਾ ਗਿਆ। ਤੇ ਤਸਵੀਰਾਂ ਮੰਡੀ ਦੀਆਂ ਨੇ ਜੀ, ਤੁਹਾਨੂੰ ਸਾਰੇ ਪਾਸੇ ਇਹ ਜਿਹੜੇ ਕਿਸਾਨ ਨੇ ਉਹ ਤਿਆਰ ਪਰ ਤਿਆਰ ਨਜ਼ਰ ਆਉਣਗੇ, ਟਰਾਲੀਆਂ ਤਿਆਰ ਕਰ ਲਈਆਂ ਗਈਆਂ ਨੇ, ਪਰ ਫਿਰ ਵੀ ਹਲੇ ਵੀ ਕਿਉਂਕਿ ਕਿਤੇ ਨਾ ਕਿਤੇ ਜਦੋਂ ਕਹਿੰਦੇ ਕਿ ਗੱਲਬਾਤ ਕਿਸੇ ਵੀ ਦੌਰ ਤੇ ਹੋ ਸਕਦੀ ਹੈ, ਕਿਸੇ ਵੀ ਦੌਰ ਤੇ ਸਿਰੇ ਲੱਗ ਸਕਦੀ ਹੈ, ਤਾਂ ਹਲੇ ਵੀ ਹੋ ਸਕਦਾ ਕੋਈ ਗੱਲਬਾਤ ਦਾ ਦੌਰ ਚੱਲੇ, ਗੱਲਬਾਤ ਦੇ ਵਿੱਚ ਕੋਈ ਮਸਲੇ ਦਾ ਹੱਲ
ਉਹ ਦੇਖਣ ਨੂੰ ਮਿਲੇ, ਕਿਉਂਕਿ ਰਾਤ ਦੇਰ ਰਾਤ ਤੱਕ ਜਿਹੜੀ ਮੀਟਿੰਗ ਹੈ ਉਹ ਚੱਲੀ ਹੈ, ਪਰ ਉਹ ਮੀਟਿੰਗ ਬੇਨਤੀਜਾ ਰਹੀ ਹੈ, ਕੁਝ ਮਸਲਿਆਂ ਤੇ ਜਾ ਕੇ ਪੇਜ ਚ ਫਸ ਗਿਆ। ਤਾਂ ਇਹ ਤਸਵੀਰਾਂ ਜੀ ਦੇਖੋ, ਕਿਸਾਨ ਆਗੂ ਪਹੁੰਚ ਰਹੇ ਨੇ, ਕਿਸਾਨ ਆਪਣੀਆਂ ਗੱਡੀਆਂ ਤੇ ਵੀ ਪਹੁੰਚ ਰਹੇ ਨੇ, ਟਰੈਕਟਰ ਟਰਾਲੀਆਂ ਇੱਥੇ ਪਹਿਲਾਂ ਤੋਂ ਮੌਜੂਦ ਨੇ, ਕਿਸਾਨੀ ਝੰਡੇ ਤੁਹਾਨੂੰ ਹਰ ਪਾਸੇ ਨਜ਼ਰ ਆਉਣਗੇ, ਗੱਡੀਆਂ ਦੇ ਉੱਤੇ ਵੀ ਕਿਸਾਨੀ ਝੰਡੇ ਨਜ਼ਰ ਆਉਣਗੇ, ਤਾਂ ਇਹ ਹਰ ਪਾਸੇ। ਔਰ ਦੂਜੀ ਗੱਲ ਕਿ ਹਰਿਆਣੇ ਵਾਲੇ ਕਿਸਾਨਾਂ ਨਾਲ ਅਸੀਂ ਰਾਤੀ ਵੀ ਗੱਲ ਕਰ ਰਹੇ ਸੀ, ਹਰਿਆਣੇ ਵਾਲੇ ਕਿਸਾਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਈ ਅਸੀਂ ਤਾਂ ਲੈਣ ਆਏ ਆ, ਅਸੀਂ ਇੱਥੋਂ ਸਵਾਗਤ ਕਰਕੇ ਲੈ ਕੇ ਜਾਵਾਂਗੇ, ਪੰਜਾਬ ਵਾਲੇ ਕਿਸਾਨਾਂ ਦੇ ਮੂਹਰੇ ਲੱਗ ਕੇ ਜਾਵਾਂਗੇ, ਕਿਉਂਕਿ ਪਿਛਲੀ ਵਾਰੀ ਕਹਿੰਦੇ ਸੀ ਕਿ ਪੰਜਾਬ ਵਾਲੇ ਮੂਹਰੇ ਲੱਗੇ ਤੇ ਫਿਰ ਮਗਰ ਹਰਿਆਣੇ ਵਾਲੇ ਚੱਲੇ ਸੀ, ਪਰ ਐਤਕੀ ਹਰਿਆਣੇ ਵਾਲੇ ਕਹਿੰਦੇ ਕਿ ਅਸੀਂ ਅੱਗੇ ਲੱਗ ਕੇ ਜਾਵਾਂਗੇ, ਬੈਰੀਕੇਡ ਹਰਿਆਣੇ ਵਾਲਿਆਂ ਨੇ ਲਾਇਆ ਤੇ ਕਹਿੰਦੇ ਅਸੀਂ ਹਰਿਆਣੇ ਵਾਲੇ ਹੀ ਉਹਨਾਂ ਬੈਰੀਕੇਡਾਂ ਨੂੰ ਹਟਾਵਾਂਗੇ। ਤਦ ਆਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ, ਟਰੈਕਟਰ ਸਟਾਰਟ ਹੋ ਗਏ ਨੇ, ਆਹ ਸਾਰੇ ਟਰੈਕਟਰ ਸਟਾਰਟ ਕਰਕੇ ਠੱਲੇ ਨੇ ਤਾਂ ਕਿ ਗਰਮ ਹੋ ਜਾਣ। ਵੀਰ ਟਰੈਕਟਰ ਦਾ ਟਾਈਮ ਵੀ ਸਟਾਰਟ ਕਰ ਲੈ, ਕੀ ਲੱਗਦਾ ਅਜੇ ਮੀਟਿੰਗ ਮੂਟਿੰਗ ਤਾਂ ਤੁਹਾਨੂੰ ਹਲੇ ਵੀ ਹੈ, ਕੋਈ ਗੱਲਬਾਤ ਬਣ ਜੇ? ਬਾਕੀ ਕੋਈ ਕਹਿ ਨਹੀਂ ਸਕਦੇ, ਕੇਰਾਂ ਜਦੋਂ ਸੱਦਾ ਦਿੱਤਾ ਅਸੀਂ ਤੁਰ ਜਾਵਾਂਗੇ ਜੀ। ਕੇਰਾਂ ਹੁਣ ਇੱਥੇ ਮੀਟਿੰਗ ਹੋਊਗੀ, ਆਖਰੀ ਸੁਨੇਹਾ ਕਦੋਂ ਕੁ ਲੱਗ ਜਾਏਗਾ, ਕਦੋਂ ਕੁ ਤਿਆਰੀ ਹੈ? 10 ਕੁ ਵਜੇ ਦਾ ਟਾਈਮ ਦਿੱਤਾ ਜੀ, 10 ਕੁ ਵਜੇ ਨੂੰ ਪਤਾ ਲੱਗ ਜੂਗਾ ਜੀ। 10 ਕੁ ਵਜੇ ਉਹੀ ਜਿਹੜੀ ਜਿਹੜਾ ਸੁਨੇਹਾ ਰਾਤੀ ਮਿਲਿਆ, ਤਾਂ ਉਸ ਸੁਨੇਹੇ ਦੇ ਮੁਤਾਬਕ ਕਹਿੰਦੇ ਨੇ ਕਿ 10 ਕੁ ਵਜੇ ਜਿਹੜਾ ਹੈਗਾ ਅਸੀਂ ਚਾਲੇ ਪਾਵਾਂਗੇ। ਫਿਲਹਾਲ ਦੇਖਦੇ ਹਾਂ, ਕਿਉਂਕਿ ਇੱਥੋਂ ਹੀ ਟਰੈਕਟਰਾਂ ਨੇ ਇਕੱਠੇ ਹੋ ਕੇ ਖਨੌਰੀ ਵੱਲ ਨੂੰ ਜਾਣਾ। ਔਰ ਜਿਹੜੀ ਵੱਡੀ ਗੱਲ ਕਿਤੇ ਨਾ ਕਿਤੇ ਚਿੰਤਾ ਜਿਹੜੀ ਵਧਾਉਂਦੀ ਆ, ਦੇਖੋ ਇੱਕ ਪਾਸੇ ਕਿਸਾਨਾਂ ਦੀ ਪੂਰੀ ਤਿਆਰੀ ਆ, ਦੂਜੇ ਪਾਸੇ ਹਰਿਆਣਾ ਸਰਕਾਰ ਨੇ ਬੇਹੱਦ ਮਜ਼ਬੂਤ ਬੈਰੀਕੇਡਿੰਗ ਹੈ ਜਿਹੜੀ ਉਹ ਕੀਤੀ ਆ, ਤਾਂ ਇਹ ਐਸੇ ਹਾਲਾਤ ਬਣਦੇ ਜਾ ਰਹੇ ਨੇ, ਕਿਤੇ ਨਾ ਕਿਤੇ ਅਗਰ ਦੋਨਾਂ ਧਿਰਾਂ ਦੇ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇੱਕ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਅਜਿਹੇ ਦੇ ਵਿੱਚ ਕੋਸ਼ਿਸ਼ ਇਹੀ, ਸ਼ਾਇਦ ਇਸੇ ਲਈ ਰਾਤ ਦੀ ਮੀਟਿੰਗ ਕੀਤੀ ਗਈ, ਕੱਲ੍ਹ ਸ਼ਾਮ ਵਾਲੀ ਮੀਟਿੰਗ ਹੋਈ ਕਿ ਇਸ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਕੱਢਿਆ ਜਾ ਸਕੇ, ਪਰ ਹੱਲ ਨਹੀਂ ਨਿਕਲਿਆ, ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਤੇ ਫਿਲਹਾਲ ਤਿਆਰੀਆਂ ਉਧਰ ਪਹਿਲਾਂ ਤੋਂ ਚੱਲ ਰਹੀਆਂ ਸੀ ਔਰ ਇਧਰ ਕਿਸਾਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ, ਕੁਝ ਟਰੈਕਟਰ ਮੰਡੀ 'ਚ ਨੇ ਤੇ ਕੁਝ ਟਰੈਕਟਰ ਬਾਹਰ ਲਾਈਨਾਂ ਲਾ ਕੇ ਵੀ ਖੜ ਗਏ ਨੇ ਮੇਨ ਹਾਈਵੇ ਤੇ ਜਿਹੜਾ ਹਾਈਵੇ ਖਨੌਰੀ ਵੱਲ ਨੂੰ ਜਾਂਦਾ। ਤਾਂ ਫਿਲਹਾਲ 10 ਕੁ ਵਜੇ ਦੇ ਆਸ ਪਾਸ ਇੱਥੋਂ ਕਿਸਾਨ ਰਵਾਨਾ ਹੋਣਗੇ ਖਨੌਰੀ ਬੈਰੀਅਰ ਦੇ ਲਈ ਜੀ।